ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅੱਜ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹਾਜ਼ਰੀ ਭਰਦੇ ਹੋਏ, ਜਿਵੇਂ ਕਿ ਹਰ ਸਾਲ 14 ਅਪ੍ਰੈਲ ਨੂੰ ਪਾਕਿਸਤਾਨ ਵਿਖੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਖਾਲਸਾ ਸਾਜਨਾ ਦਿਵਸ ਬੜੀ ਹੀ ਅਲੀਸ਼ਾਨ ਤਰੀਕੇ ਨਾਲ ਮਨਾਇਆ ਜਾਂਦਾ ਸੀਗਾ। ਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਅੱਜ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਦੁਨੀਆ ਭਰ ਦੇ ਸਿੱਖ ਜਗਤ ਨੂੰ, ਸਿੱਖ ਜਥੇਬੰਦੀਆਂ ਨੂੰ ਅਤੇ ਗੁਰੂ ਨਾਨਕ ਨਾਮ ਲੇਵਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਲੱਖਾਂ ਵਾਰ ਅਤੇ ਕਰੋੜਾਂ ਵਾਰ ਵਧਾਈ ਦਿੰਦਾ ਹਾਂ। ਜਿਵੇਂ ਕਿ ਕਰੋਨਾ ਵਾਇਰਸ ਕਰਕੇ ਇਹ ਖਾਲਸਾ ਸਾਜਨਾ ਦਿਵਸ ਪੂਰੀ ਦੁਨੀਆ ਵਿੱਚ ਹੀ ਬੜੀ ਸਾਦਗੀ ਨਾਲ ਮਨਾਇਆ ਜਾ ਰਿਹਾ ਹੈ, ਪਰ ਇਹ ਸਾਦਗੀ ਸਿੱਖ ਕੌਮ ਦੀ ਤਾਕਤ ਬਣਦੀ ਜਾ ਰਹੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਕੌਮ ਨੂੰ ਜਿਹੜੀ ਦਾਤ ਬਖਸ਼ੀ ਹੈ, ਜਿਹੜੀ ਸਿੱਖੀ ਸਰੂਪ ਬਖਸ਼ਿਆ ਹੈ, ਸਿੱਖ ਕੌਮ ਨੂੰ ਇੱਕ ਅਲੱਗ ਪਹਿਚਾਣ ਦਿੱਤਾ ਹੈ, ਸਿੱਖ ਕੌਮ ਨੂੰ ਪੰਚਕਾਰ ਤਤਾਰੀ ਬਣਾਇਆ ਹੈ, ਸਿੱਖ ਕੌਮ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਅੱਜ ਉਹ ਵਕਤ ਆਇਆ ਹੈ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤੋਂ ਵਾਇਰਸ ਦੇ ਵਬਾਅ ਦੇ ਨਾਲ ਜਿੰਨੇ ਵੀ ਲੋਕ ਮੁਤਾਸਰ ਹੋਏ ਨੇ, ਦੁਨੀਆ ਭਰ ਦੇ ਸਿੱਖ ਜਥੇਬੰਦੀਆਂ ਅਤੇ ਦੁਨੀਆ ਭਰ ਦੇ ਸਿੱਖ ਕੌਮ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਨੇ, ਅਤੇ ਦੁਨੀਆ ਦੀ ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਉਹਨਾਂ ਨੇ ਸਰਬੱਤ ਦੇ ਭਲੇ ਲਈ, ਮਨੁੱਖਤਾ ਦੀ ਸੇਵਾ ਕਰਨ ਲਈ ਕੋਰੋਨਾ ਵਾਇਰਸ ਦੇ ਮੁਤਾਸਰ ਲੋਕਾਂ ਦੀ ਮਦਦ ਕਰਦੇ ਨੇ। ਇਹ ਸਿੱਖ ਕੌਮ ਦੀ ਬਹੁਤ ਹੀ ਵੱਡੀ ਜੀਤ ਹੈ, ਇਸ ਤੋਂ ਜ਼ਿਆਦਾ ਵੱਡੀ ਜੀਤ ਕਿੱਥੇ ਹੋਰ ਨਹੀਂ ਹੋ ਸਕਦੀ। ਮੈਂ ਪੂਰੀ ਸਿੱਖ ਜਗਤ ਨੂੰ ਅੱਜ ਅਪੀਲ ਕਰਦਾ ਹਾਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਕਿ ਕਰੋਨਾ ਵਾਇਰਸ ਦੇ ਵਬਾਅ ਹੋਰ ਅੱਗੇ ਜਾ ਕੇ ਵੱਧ ਸਕਦੀ ਹੈ, ਜਿਸ ਤਰ੍ਹਾਂ ਸਿੱਖ ਕੌਮ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੈ, ਇਹ ਸੇਵਾ ਇਸੀ ਤਰ੍ਹਾਂ ਹੋਣੀ ਚਾਹੀਦੀ ਹੈ ਅਤੇ ਇਸੇ ਨੂੰ ਅੱਗੇ ਤੱਕ ਅਸੀਂ ਬਰਕਰਾਰ ਰੱਖੀਏ, ਕਿਉਂਕਿ ਸਾਡਾ ਸਿੱਖ ਕੌਮ ਦਾ ਇਹੀ ਫਰਜ਼ ਬਣਦਾ ਹੈ। ਆਖਿਰ ਵਿੱਚ ਮੈਂ ਦੁਨੀਆ ਦੇ ਤਮਾਮ ਸਿੱਖ ਯਾਤਰੀਆਂ ਨੂੰ, ਜਿਨ੍ਹਾਂ ਦੀ ਇਸ ਵਾਰ ਚਾਹ ਸੀ ਕਿ ਅਸੀਂ ਪਾਕਿਸਤਾਨ ਜਾ ਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮਨਾਵਾਂਗੇ, ਮੈਂ ਗੁਰੂ ਦੀ ਹਜ਼ੂਰੀ ਵਿੱਚ ਇਹ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਵਾਇਰਸ ਦੀ ਵਬਾਅ ਨੂੰ ਖਤਮ ਕਰਕੇ ਅਗਲੇ ਸਾਲ ਖਾਲਸਾ ਸਾਜਨਾ ਦਿਵਸ ਦੁਨੀਆ ਦੇ ਤਮਾਮ ਸਿੱਖ ਯਾਤਰੀ ਪਾਕਿਸਤਾਨ ਆ ਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਇਹ ਖਾਲਸਾ ਸਾਜਨਾ ਦਿਵਸ ਬੜੇ ਪਿਆਰ ਅਤੇ ਸ਼ਰਧਾ ਨਾਲ ਅਤੇ ਅਲੀਸ਼ਾਨ ਤਰੀਕੇ ਨਾਲ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।